शांति दे मती है रोले अब गोलियां चलाएगा साडे वेखदे वेखदे अमृतसर च एक चर्च च गोलियां चला के एक व्यक्ति का कतल करने का मामला सामने आया। आपसी रंजिश से चलदिया इस वारदात को अंजाम दिता गया। दसा जा रहा है कि दोषी दे वल्लों 7 तों 8 साथियों नाल मिलकर करीब 20 राउंड गोलियां चलाईया गई हैं। लॉकडाउन च जदों दोषी नूं पास्टर प्रिंस ने चर्च च आउण तों रोकिया सी, जिस तों बाद दोषी ने चर्च च जाके इस वारदात नूं अंजाम दिता। फिलहाल मृतक प्रिंस के परिवार ने इंसाफ की मांग की है। ਵਿਆਹ ਦੀ ਤਿਆਰੀ ਕਰਨਾ ਹੈ ਵੱਡੇ ਭਾਜੀ ਨਾਲ ਪੈਲਸ ਕਰਨਾ ਸੀ, ਇੱਥੇ ਪੈਲਸ ਦੇ ਕਰਕੇ ਬੈਠੇ ਹੋਏ ਗੱਲ ਕਰਦੇ ਪਏ ਅਤੇ ਇਹ ਆਪਣੀ ਪੋਸਟੋਲ ਜਿਹੜੀ ਕੱਢੀ ਹੋਈ ਸੀ ਅਤੇ ਉਹ ਕਹਿੰਦਾ ਕਿ ਮਤਲਬ ਭਾਜੀ ਨੇ ਕਿਹਾ ਤੂੰ ਨਾ ਦਿਖਾ ਸਾਨੂੰ ਸਟੋਲ ਵਗੈਰਾ, ਇਹ ਚਰਚ ਹੈਗਾ, ਰੱਬ ਦਾ ਘਰ ਹੈ, ਇਹੋ ਜਿਹੀਆਂ ਚੀਜ਼ਾਂ ਸ਼ੋਭਾ ਨਹੀਂ ਦਿੰਦੀਆਂ। ਬਾਅਦ 'ਚ ਮੈਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ, ਇਹਨੇ ਗੋਲੀਆਂ ਸਟਾਰਟ ਕਰਤੀਆਂ ਮਾਰਨੀਆਂ, ਮੇਰੇ ਭਰਾ ਦੀ ਸ਼ਾਂਤੀ ਦੇ ਮੱਚੀਆਂ ਗੋਲੀਆਂ ਕਿੰਨੇ ਸ਼ਕਤੀ ਨੇ ਕੀਤੀਆਂ ਸਟਾਰਟ, ਰਿੰਦੀ ਨੇ ਗੋਲੀਆਂ ਚਲਾਈਆਂ ਸਾਡੇ ਵੇਖਦੇ ਵੇਖਦੇ, ਅਸੀਂ ਉੱਤੋਂ ਦੀ ਵੇਖਣ ਦੇ ਸੀਗੇ, ਸਾਡੇ ਵੇਖਦੇ ਵੇਖਦੇ ਉਹਨੇ ਗੋਲੀਆਂ ਚਲਾਤੀਆਂ। ਰਣਦੀਪ ਕਹੇ ਸੀ ਇੱਕ ਗੱਲ ਕੋਈ ਨਹੀਂ ਹੋਈ ਹੈਗੀ, ਰਿਸ਼ਤੇਦਾਰੀ ਵਾ, ਇਹ ਨਹੀਂ ਕਿ ਰਿਸ਼ਤੇਦਾਰੀ ਨਹੀਂ ਆ, ਲੜਾਈਆਂ ਕਹੇ ਦੀਆਂ ਸਾਡੇ ਘਰ ਇੱਥੇ ਲੈ ਕੇ ਆ ਗਏ, ਅਸੀਂ ਤੇ ਵਿਆਹ ਦੀ ਤਿਆਰੀ ਕਰ ਰਹੇ ਸੀ, ਅਸੀਂ ਆਪਣੇ ਵਿਆਹ ਦੀ ਤਿਆਰੀ ਚ ਲੱਗੇ ਹੋਏ ਸੀਗੇ। ਉੱਥੇ ਇਸ ਮਾਮਲੇ ਦੇ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਘਟਨਾ ਸਥਲ ਤੇ ਪੁੱਜੇ ਅਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਆਰੋਪੀਆਂ ਨੂੰ ਫੜਨ ਦੀ ਕਵਾਇਤ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਇੱਥੇ ਆ ਜਸਪਾਲ ਮਸ਼ੀ ਦਾ ਘਰ ਵੀ ਆ ਇਹ ਗਲੀ 'ਚ, ਤੇ ਉੱਥੇ ਆ ਬੈਠੇ ਬੰਦੇ ਇੱਕ ਰਣਦੀਪ ਗਿੱਲ ਨਾਂ, ਇਹਨਾਂ ਨੂੰ ਦੱਸਣ ਮੁਤਾਬਕ ਉਹਨੇ ਆ ਗੋਲੀਆਂ ਚਲਾਈਆਂ, ਜਿਹੜੀ ਇੱਕ ਬੰਦੇ ਦੀ ਮੁੰਡਾ ਪ੍ਰਿੰਸ ਦੀ ਡੈਥ ਹੋ ਗਈ, ਇੱਕ ਇੰਜਰਡ ਆ, ਬਾਕੀ ਜਿਹੜਾ ਦੋ ਸਟੇਟਮੈਂਟ ਦਿੰਦੇ ਆ ਉਹਦਾ ਲੈ ਕੇ ਬਿਆਨ ਰੱਖੇ, ਇੱਕ ਦੱਸਿਆ ਇੱਕ ਉਹਦਾ ਭਰਾ ਆ, ਬਾਕੀ ਉਹ ਲਿਖਣ ਲੱਗੇ ਆ, ਉਹਨਾਂ ਨੇ ਸਟੇਟਮੈਂਟ ਜਿਹੜੇ ਲਿਖਾਉਣਗੇ ਉਹਦੇ 'ਚ ਪਰਚਾ ਦਰਜ ਕਰਦੇ ਹਾਂ। ਅਤੇ ਫਿਲਹਾਲ ਜਿਹੜੇ ਦੋਵਾਂ ਦਾ ਪਤਾ ਲੱਗਾ, ਬਾਕੀ ਵੈਰੀਫਾਈ ਕਰਦੇ, ਹਾਂ ਇੱਕ ਦੀ ਹੋਈ। फिलहाल यह एक गंभीर मुद्दा है, क्योंकि इस तो पहला भी पंजाब इस तरह के काफ़ी मामले सामने आ चुके हैं। वेखना होगा पुलिस प्रशासन इस मामले च कदों दोषियों को गिरफ्तार करती है। अमृतसर तो गुरप्रीत राजपूत की रिपोर्ट, वर्ल्ड पंजाबी टीवी।